ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਜੀ। ਜੈਲਾਂ ਦੀ ਸੱਥ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਅਤੇ ਪਿਆਰ ਦਿੱਤਾ, ਅਤੇ ਉਹਨਾਂ ਤੋਂ ਵਾਅਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਪਿਤਾ ਸਾਹਿਬਾਨਾਂ ਦਾ, ਇੱਕ ਜਿਸ ਪਿਤਾ ਨੇ ਦੁਨੀਆ ਦਿਖਾਈ ਅਤੇ ਪੜ੍ਹਾਈ ਕਰਨ ਦਾ ਮੌਕਾ ਦਿੱਤਾ, ਅਤੇ ਦੂਸਰਾ ਧੰਨਵਾਦ ਉਸ ਪਿਤਾ ਦਾ ਜਿਸ ਨੇ ਜ਼ਿੰਦਗੀ ਜਿਉਣ ਦੇ ਨਾਲ ਨਾਲ ਦੁਨੀਆ ਘੁੰਮਣ ਦਾ ਵੀ ਮੌਕਾ ਦਿੱਤਾ। ਮੁਜਹਿਦਾਂ ਦੇ ਸੱਥ ਵਿੱਚ ਪਹੁੰਚੇ ਦੂਰੋਂ ਨੇੜਿਓਂ ਮੇਰੇ ਪਿਆਰੇ ਸਨਮਾਨਯੋਗ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਦੋਸਤੋ, ਮੈਂ ਅੱਜ ਇੱਕ ਕੋਸ਼ਿਸ਼ ਕੀਤੀ ਸੀ, ਲਿਖਿਆ ਸੀ ਕੁਛ ਸਕੂਲਾਂ ਦੇ ਬਾਰੇ। ਮੈਂ ਇੱਕ ਸਰਕਾਰੀ ਟੀਚਰ ਹਾਂ, ਬੱਚਿਆਂ ਦੇ ਲਈ ਸਕੂਲਾਂ ਦੇ ਲਈ ਇੱਕ ਮੈਂ ਗੀਤ ਲਿਖਿਆ, ਲਿਖ ਕੇ ਕਰਿਆ, ਅਤੇ ਉਹ ਜਦੋਂ ਸ਼ੇਅਰ ਕੀਤਾ ਤਾਂ ਬਹੁਤ ਪਿਆਰ ਮਿਲਿਆ। ਸੋ ਮੇਰੀ ਪਹਿਲੀ ਰਚਨਾ ਹੈ, ਆਪ ਸਭ ਮੇਰੇ ਤੋਂ ਵੱਡੇ ਸੂਝਵਾਨ, ਮੈਂ ਤੁਹਾਨੂੰ ਕੀ ਸੁਣਾ ਸਕਦਾ, ਪਰ ਮੈਂ ਜੋ ਲਿਖਿਆ ਹੈ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਗੁਣਗੁਣਾ ਕੇ ਮਿਊਜ਼ਿਕ ਦੇ ਨਾਲ ਸੁਣਾਂ। ਸੋ ਬੇਨਤੀ ਆ, ਗਲਤੀ ਭੁਲਾਣੀ ਪਹਿਲਾਂ ਮਾਫੀ।
ਆਵੇ ਜਿਸ ਤੋਂ ਲੈ ਕੇ ਸਾਹਦਾਰੀ ਉਹ ਰੱਬ ਨੇ ਸਵਰਗ ਬਣਾਏ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੱਤਿਆ ਮੁੱਕ ਜਾਂਦੇ ਐਪਰ ਫੁੱਲਾਂ ਦੇ ਮਚਾਇਆ ਇਹ ਬੂਟਾ ਮਰ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਹੁਣ ਦੇਖਦੇ ਕਿ ਪ੍ਰਧਾਨਗੀ ਮੰਡਲ ਤੋਂ ਬੈਠੇ ਮਜਲਿਸ ਤੋਂ ਹਰਕਮਲ ਸਿੰਘ ਹਰਦਰਸ਼ਨ ਸਿੰਘ ਜੀ ਕਮਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ ਅਤੇ ਉਹਨਾਂ ਤੋਂ ਬਾਅਦ ਮੱਖਣ ਸਿੰਘ ਜੀ ਭੈਣੀ ਵਾਲਾ ਉਹ ਤਿਆਰ ਰਹਿਣ ਜੀ ਕੀਤੀ ਨੰਗੇ ਹੱਕ ਆਪਣਾ ਪਰ ਹਾਜ਼ਮ ਗੜਕਾਵੇ ਉਸਨੇ ਹੱਥ ਦੇ ਬਾਰਾਂ 92 ਹਾਂਜੀ ਡਾਂਗਾ ਨਿਤ ਚਲਾਵੇ ਕੀਤੀ ਸ਼ਰਤਾਂ ਤੇ ਮਰਦੇ ਪਰ ਹਾਕਮ ਨਾ ਬੋਲੇ ਇੱਜ਼ਤ ਨਹੀਂ ਜੀ ਕੋਈ ਜਿਸਨੇ ਕੀਤੀ ਰੋਲੇ ਸ਼ਰੇ ਹਾਲਾ ਚੱਲੀ ਜਾ ਜੇ ਉਹ ਹੋਈ ਤੇ ਫਿਰ ਕਰ 71 72 ਪੰਜ ਪਰ ਉਹ ਤੇ ਸਾਈਡ ਤੇ ਲੱਗੀ ਸ਼ੇਰ ਕਦੇ ਵੀ ਦਾਸ ਨ ਚੜਦੇ ਕਾਕਾ ਸੰਗ ਨੂੰ ਬੋਲੇ ਉਹ ਕੀਤੀ ਨਹੀਂ ਜਿਸਨੇ ਕੀਤੀ ਰੋਲੇ ਅਕਸਰ ਮੰਚ ਤੋਂ ਮੈਂ ਕਹਿੰਦੀ ਹੁੰਦੀ ਹਾਂ ਕਿ ਨਾ ਪੜ੍ਹਨ ਵਾਲਿਆਂ ਦੀ ਥੋੜ੍ਹੇ ਨਾ ਲਿਖਣ ਵਾਲਿਆਂ ਦੀ ਥੋੜ੍ਹੇ ਮੇਰੇ ਮੋਢਿਆਂ 'ਤੇ ਜਿੰਮਾ ਏ ਸੱਚ ਲਿਖਣ ਦਾ ਬੇਬਾਕ ਬੋਲ ਬਣਾਂਗੀ ਮੈਂ ਜਾਣਦੀ ਹਾਂ ਨਵੇਂ ਅੰਬਰ ਤੋਂ ਨਵੀਂ ਉਡਾਰੀ ਕਰਾਂਗੀ ਮੈਂ ਜਾਣਦੀ ਹਾਂ ਮੈਂ ਵੀ ਕਿਸੇ ਦੇ ਹਾਣ ਨਹੀਂ ਹੁੰਦੀ ਮੈਂ ਜਾਣਦੀ ਤੁਹਾਡੀ ਰੂਬ ਰੂਹ ਹੋ ਕੇ ਅਜਿੰਜ ਲੱਗਣਾ ਦੇ ਵਿੱਚ ਜਾਨ ਪੈ ਗਈ ਅੱਜ ਇੰਝ ਲੱਗਦਾ ਏ
ਪਿਆਰ ਦੇ ਸਦਕੇ ਜੋ ਸਾ ਵਿੱਚ ਸਾਈ ਨੇ ਤੁਹਾਡੇ ਪਿਆਰ ਦੇ ਸਦਕੇ ਜੋ ਸਾ ਵਿੱਚ ਸਾਈ ਨੇ ਪਿਛਲੇ ਕੁਝ ਸਮੇਂ ਤੋਂ ਜੋ ਅੰਦਰੋਂ ਉੱਠ ਗਈ ਸਾਮੇ ਤੁਹਾਡੇ ਰੂਬ ਰੂ ਹੋ ਕੇ ਅੱਜ ਇੰਜ ਲੱਗਦਾ ਏ ਦੇਵ ਚ ਜਾਨ ਪੈ ਗਈ ਨਹੀਂ ਤਾਂ ਮੁੱਕ ਗਈ ਸਾਮੇ ਤੁਹਾਡੇ ਸਭ ਵਿੱਚ ਬਿਰਾਜਮਾਨ ਸਾਰੀਆਂ ਜੀ ਸਤਿਕਾਰਯੋਗ ਹਸਤੀਆਂ ਪੰਜਾਬ 'ਚ ਪੰਜਾਬ ਚੱਲਦਾ ਹੀ
ਪੰਜਾਬ ਦੀ ਵਿਰਾਸਤ ਸੱਭਿਆਚਾਰ ਚੱਲਦੀ ਜਿਹੜੀ ਆ ਮੇਲਿਆਂ ਦੇ ਨਾਲ ਨਾਲ ਚੱਲਦੀ ਹੈ। ਮੇਲੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਪਰੰਤੂ ਜਿਹੜੇ ਸਾਹਿਤਕ ਮੇਲੇ ਆ ਪੰਜਾਬ 'ਚ ਬਹੁਤ ਟਾਵੇਂ ਟਾਵੇਂ ਲੱਗਦੇ ਆ, ਪਰ ਉਹਨਾਂ ਟਾਵੇਂ ਟਾਵੇਂ ਮੇਲਿਆਂ ਦੇ ਵਿੱਚ ਇਹ ਮੇਲਾ ਇਤਿਹਾਸਕ ਮੇਲਾ। ਸੋ ਡਾਕਟਰ ਗਗਨਦੀਪ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਇਸ ਵੱਲੋਂ ਵਧਾਈ ਦੀ ਪਾਤਰ ਹੈ ਔਰ ਤੁਹਾਡੇ ਵੱਲੋਂ ਜ਼ੋਰਦਾਰ ਤਾੜੀਆਂ ਬਣਦੀਆਂ ਨੇ। ਜਦੋਂ ਮੈਂ ਅਤੇ ਹਜਮਤ ਸਾਹਿਬ ਗੱਲ ਕਰ ਰਹੇ ਸੀ ਕਿ ਚਲੋ ਇੰਨੇ ਯੋਗ ਨਹੀਂ ਹੈ ਕਿ ਤੁਸੀਂ ਮੁੱਖ ਮਹਿਮਾਨ ਤੁਸੀਂ ਬੁਲਾ ਲੈਂਦੇ ਹੋ, ਜ਼ਿੰਮੇਵਾਰੀ ਹੁੰਦੀ ਹੈ, ਪਰ ਜਦੋਂ ਕਿਤੇ ਕੋਈ ਚੰਗਾ ਸਮਾਗਮ ਮਿਲਿਆ ਹੋਵੇ ਅਤੇ ਉੱਥੇ ਸਮਾਂ ਦੇਣਾ ਬਣਦਾ ਹੈ ਅਤੇ ਮੈਂ ਸਮਾਂ ਦੇਣ ਨਹੀਂ ਆਇਆ। ਮੈਨੂੰ ਲੱਗਾ ਕਿ ਇੱਕ ਚੰਗੇ ਵਿਅਕਤੀਆਂ ਦੇ ਨਾਲ ਜਿਹੜੇ ਸਮਾਜ ਨੂੰ ਚੰਗਾ ਬਣਾ ਰਹੇ ਆ ਉਹਨਾਂ ਵਿੱਚ ਚੰਗਾ ਸਮਾਂ ਬਿਤਾ ਰਹੇ ਹਾਂ, ਇਹ ਪਲ ਕਦੇ ਕਦੇ ਨਸੀਬ ਹੁੰਦੇ ਕਰਮਾਂ ਦਾ ਔਰ ਇਹ ਸਮਾਂ ਅਜਾਈ ਨਹੀਂ ਹੋਣਾ ਚਾਹੀਦਾ। ਮੰਚ ਤੋਂ ਅਕਸਰ ਗੱਲ ਹੁੰਦੀ ਹੈ ਕਿਉਂਕਿ ਰੁਝੇਵੇਂ ਬਹੁਤ ਜ਼ਿਆਦਾ ਹੁੰਦੇ ਆ ਕਿ ਸਮਾਂ ਘੱਟ ਹੈ, ਚੰਗੀਆਂ ਗੱਲਾਂ ਲਈ ਸਮਾਂ ਦੇਣਾ ਚਾਹੀਦਾ। ਮੰਚ ਜਿੰਨੇ ਜਾਣੇ ਅੱਜ ਇਸ ਮੰਚ 'ਤੇ ਆਏ ਨੇ ਉਹ ਸਮਾਜ ਲਈ ਕੋਈ ਨਾ ਕੋਈ ਸੇਧ ਲੈ ਗਏ, ਚਾਹੇ ਗਾਇਕੀ ਹੈ, ਚਾਹੇ ਸੰਗੀਤ ਹੈ, ਚਾਹੇ ਉਹਨਾਂ ਦੇ ਲਿਖਤ ਹੈ। ਅਤੇ ਜਿਹੜੀਆਂ ਚੀਜ਼ਾਂ ਸਮਾਜ ਨੂੰ ਸਿਰਜਣ ਵਾਲੀਆਂ ਹੁੰਦੀਆਂ ਨੇ, ਜੇਕਰ ਅਸੀਂ ਸਰੋਤੇ ਹਾਂ, ਸੁਣਦੇ ਹਾਂ, ਕੰਨਾਂ 'ਤੇ ਕਿਤੇ ਅਸਰ ਹੁੰਦਾ ਅਤੇ ਕਿਤੇ ਨਾ ਕਿਤੇ ਅਸੀਂ ਸਮਾਜ 'ਚ ਯੋਗਦਾਨ ਵੀ ਉਸ ਚੀਜ਼ ਦਾ ਪਾਉਂਦੇ ਹਾਂ। ਇਸ ਕਰਕੇ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਮਹਿਫਲ ਆ ਜਿਹੜੀ ਜਿਉਣਾ ਸਿਖਾਉਂਦੀ ਹੈ ਉੱਥੋਂ ਜਾਣਾ ਨਹੀਂ ਚਾਹੀਦਾ, ਉਹਨੂੰ ਮੰਨਣਾ ਚਾਹੀਦਾ। ਮੇਰਾ ਕਦੇ ਵੀ ਦਿਲ ਨਹੀਂ ਕਰਦਾ ਜਿੰਨਾ ਮਰਜ਼ੀ ਹਰਿਮੰਦਰ ਸਾਹਿਬ ਔਰੰਗਜ਼ੇਬ ਸਾਹਿਬ ਬਾਹਰ ਹੈ, ਕਿਸੇ ਵੀ ਸਮਾਗਮ 'ਚ ਕਿਸੇ ਵੀ ਚੰਗੀ ਚੀਜ਼ ਹੈ ਸਾਡਾ ਦਿਲ ਕਰਦਾ ਉੱਥੇ ਜਾ ਕੇ ਸਿੱਖੀ। ਕਿੰਨਾ ਵਧੀਆ ਗਾਇਆ ਸੋਤਾ ਸਾਹਿਬ ਹੈ, ਪਰਮਿੰਦਰ ਜੀ ਸੀਗੇ ਬੈਠੇ ਇੱਥੇ, ਰਾਜਵੀਰ ਗਰੇਵਾਲ, ਲਖਵਿੰਦਰ ਸਲੇਮਪੁਰੀ ਜਿਹਨਾਂ ਦੀ ਰਚਨਾ ਹੈ ਇੰਨੀ ਵਿਸ਼ਵ ਪ੍ਰਸਿੱਧ ਹੋਈ ਹੈ, ਆਕਾਸ਼ਦੀਪ ਹੈ, ਮੁੰਡਾ ਅੱਛਾ ਗਾਉਂਦਾ ਹੈ, ਸੰਗੀਤਕ ਮਹਿਫਲ 'ਚੋਂ ਛੋਟਾ ਜਿਹਾ ਮੁੰਡਾ ਗਾ ਕੇ ਗਿਆ, ਲੜਕੀ ਕਿੰਨੀ ਖੂਬਸੂਰਤ ਢੰਗ ਦੇ ਨਾਲ ਸੱਭਿਆਚਾਰਕ ਪੇਸ਼ਕਾਰੀ ਕਰਕੇ ਗਈ, ਖੂਬਸੂਰਤ। ਇਹ ਚੀਜ਼ਾਂ ਸਮਾਜ ਨੂੰ ਖੂਬਸੂਰਤ ਬਣਾਉਂਦੀਆਂ, ਜੀਵਨ ਬੋਝਲ ਬਣਦਾ ਜਦੋਂ ਅਸੀਂ ਦੇਖਦੇ ਹਾਂ ਕਿ ਸ਼ਾਇਦ ਜਿਉਣਾ ਹੀ ਸੰਕਟਮਈ ਹੋ ਗਿਆ, ਦੁਖੀ ਇੰਨੇ ਆ, ਝੰਝਟ ਹੀ ਇੰਨੇ ਆ, ਲੇਕਿਨ ਇਹ ਚੀਜ਼ਾਂ ਜੀਵਨ ਨੂੰ ਖੂਬਸੂਰਤ ਬਣਾਉਂਦੀਆਂ। ਸਾਹਿਤ ਜੀਵਨ ਨਹੀਂ ਹੁੰਦਾ, ਸਮਾਜ ਨਹੀਂ ਹੁੰਦਾ, ਅਤੇ ਜਿਹੜਾ ਸਾਹਿਤ ਜਿਹੜੀ ਸੱਭਿਆਚਾਰਕ ਪੇਸ਼ਕਾਰੀ ਜੀਵਨ ਨੂੰ ਸਮਾਜ ਨੂੰ ਵਿੱਚ ਦਿੰਦੀ ਨਹੀਂ ਹੈ ਉਹ ਫਿਰ ਖੂਬਸੂਰਤ ਨਹੀਂ ਬਣਾਉਂਦੀ, ਕਿਸੇ ਵੇਲੇ ਗੰਦਲਾ ਨਹੀਂ ਕਰਦੀ। ਬਹੁਤ ਸਾਰੇ ਗਾਇਕ ਨੇ, ਮੈਂ ਅਕਸਰ ਪੁੱਛਦਾ ਹੁੰਦਾ ਜਿਹੜੇ ਬੜੇ ਨਾਮੀ ਗਾਇਕ ਨੇ ਕਿ ਜਦੋਂ ਸ਼ੋਹਰਤ ਮਿਲਦੀ ਹੈ ਤੁਸੀਂ ਮੰਚਾਂ 'ਤੇ ਚੰਗੀ ਚੀਜ਼ ਪੇਸ਼ਕਾਰੀ ਕਰਕੇ ਜਾਂਦੇ ਹੋ ਅਤੇ ਕਦੇ ਕਦੇ ਉਹਦੇ ਵਿੱਚੋਂ ਕੁਝ ਸਾਨੂੰ ਲੱਗਦਾ ਕਈ ਚੀਜ਼ਾਂ ਜਦੋਂ ਟੀ ਵੀ 'ਚ ਅਸੀਂ ਦੇਖਦੇ ਹਾਂ ਅਤੇ ਕੁਝ ਫਿਲਮਾਂਕਣ ਹੀ ਇੱਦਾਂ ਦਾ ਅਸ਼ਲੀਲ ਹੁੰਦਾ ਕਿ ਅਸੀਂ ਪਰਿਵਾਰ 'ਚ ਦੇਖ ਨਹੀਂ ਸਕਦੇ, ਇੱਦਾਂ ਕਿਉਂ ਹੁੰਦਾ? ਉੱਥੇ ਦੁਨੀਆ ਵਪਾਰ ਦੀ ਬਣ ਗਈ ਹੈ, ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਇਸ ਵਪਾਰ ਦੀ ਦੁਨੀਆ ਦੇ ਵਿੱਚ ਪੈਸਾ, ਪਦਾਰਥ, ਅਮੀਰੀ, ਮਹਿਲ ਇਹ ਜੀਵਨ ਨੂੰ ਬਿਹਤਰ ਅਤੇ ਸੁਰਮਈ ਬਣਾਉਣ ਲਈ ਹੈਗੇ ਆ, ਇਹ ਜੀਵਨ ਹੀ ਹੈਗੇ, ਅਸੀਂ ਆਪਣੇ ਜੀਵਨ ਨੂੰ ਇਹਦੇ ਪਿੱਛੇ ਲਈ ਜਾਂਦੇ ਹਾਂ। ਕਦੇ ਨਾ ਕਦੇ ਉਹ ਹਾਲਾਤ ਜਿਹੜੇ ਹੁੰਦੇ ਨੇ ਅਸੀਂ ਬਣਾ ਦਿੰਦੇ ਹਾਂ ਆਪਣੇ ਐਸ਼ੋ ਆਰਾਮ ਦੇ ਵਿੱਚ, ਜਦੋਂ ਅਸੀਂ ਚਰਚੇ ਹੁੰਦੇ ਹਾਂ ਤਾਂ
ਅਸੀਂ ਸ਼ੋਹਰਤ ਦੇ ਵਿੱਚ ਅਸੀਂ ਸੇਧ ਦੇਣ ਦੀ ਬਜਾਏ ਆਪਣੀ ਵਪਾਰਕ ਠੱਤੀ ਵਾਲੇ ਪਾਸੇ ਜਦੋਂ ਜਾਂਦੇ ਹਾਂ ਉਹ ਸਮਾਜ ਨੂੰ ਗੰਧਲਾ ਕਰਦੇ, ਇਸ ਕਰਕੇ ਉਹਦਾ ਅਸਰ ਕਿਤੇ ਨਾ ਕਿਤੇ ਆਪਣੇ ਆਪ 'ਤੇ ਵੀ ਪੈਦਾ ਹੋ ਜਾਂਦਾ ਜਦੋਂ ਸਮਾਜ ਦੇ ਵਿੱਚ ਇਹਨਾਂ ਦੇ ਹਾਲਾਤ ਬਣ ਜਾਂਦੇ ਆ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਦਾਂ ਦਾ ਮੰਚ ਮਜੈਲਾ ਦੀ ਸੱਥ ਵੱਲੋਂ ਸਰਦਾਰ ਗਗਨਦੀਪ ਸਿੰਘ ਹੁਣਾਂ ਨੇ ਉਹਨਾਂ ਦੀ ਟੀਮ ਨੇ ਦਿੱਤਾ, ਇੱਦਾਂ ਦੇ ਮੰਚ ਅਸੀਂ ਪੈਦਾ ਕਰੀਏ, ਕਿਤੇ ਨਾ ਕਿਤੇ ਚੰਗਾ ਅਸਰ ਹੋਵੇ। ਅੱਜ ਜਿੱਦਾਂ ਦਾ ਸਾਡੇ ਪੰਜਾਬ ਦੇ ਵਿੱਚ ਸੰਕਟ ਪੈਦਾ ਹੋ ਰਿਹਾ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਨਸ਼ੇ ਬਹੁਤ ਆ ਗਏ ਆ, ਗੈਂਗਸਟਰ ਆ ਗਏ ਆ, ਲੁੱਟਾਂ ਘੁਹਾ ਗਈ ਆ, ਅਤੇ ਕਿਤੇ ਨਾ ਕਿਤੇ ਉਹਦੇ ਪਿੱਛੇ ਮਨੋਰਥ ਪੈਸਾ ਬਣ ਗਿਆ ਸਰ, ਅਸੀਂ ਛੇਤੀ ਕਮਾਈ ਕਰਨ ਵਾਲੇ ਪਾਸੇ ਪੈ ਗਏ ਹਾਂ। ਉਸ ਸੋਚ ਨੂੰ ਬਦਲਣ ਦੀ ਲੋੜ, ਤੋ ਸਾਡੀ ਉਹ ਪ੍ਰਾਪਤੀ ਹੋਏਗੀ। ਡਾਕਟਰ ਸਾਹਿਬ ਬੈਠੇ ਨੇ ਔਰ ਇਹਨਾਂ ਦੇ ਮੈਡੀਕਲ ਕਾਲਜ ਦੇ ਵਿੱਚ ਮੈਂ ਸਾਹਿਤਕ ਫੰਕਸ਼ਨ ਕਰਾਇਆ, ਮੇਰੇ ਮਾਇੰਡ ਦੇ ਵਿੱਚ ਇਹ ਨਹੀਂ ਆਏ, ਲੇਕਿਨ ਮੈਂ ਅੱਜ ਮਹਿਸੂਸ ਕੀਤਾ ਕਿ ਚੰਗੇ ਕੰਮਾਂ 'ਚ ਉਹ ਵੀ ਜੁੜੇ। ਡਾਕਟਰ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣਾ ਸਮਾਂ ਛੱਡ ਕੇ ਅਤੇ ਸਾਹਿਤਕ ਸਮਾਗਮਾਂ ਦੇ ਵਿੱਚ ਬੈਠ ਕੇ ਦੂਸਰਿਆਂ ਨੂੰ ਸੁਣਨਾ, ਪਰ ਮੈਂ ਦੇਖ ਰਿਹਾ ਸੀ ਕਿ ਉਹ ਸੁਣ ਰਹੇ ਸੀ ਔਰ ਉਹਦੇ 'ਚੋਂ ਆਨੰਦ ਲੈ ਰਹੇ ਸੀਗੇ। ਇਹਦਾ ਮਤਲਬ ਵੀ ਕਿਤੇ ਨਾ ਕਿਤੇ ਸਮਾਜ ਸੇਵਾ ਨਾਲ ਜੁੜ ਕੇ ਸਮਾਜ ਨੂੰ ਸੋਹਣਾ ਬਣਾਉਣਾ ਚਾਹੁੰਦੇ। ਸੋਦਾ ਸਾਹਿਬ, ਇੱਥੇ ਮੰਚ ਤੋਂ ਇੱਕ ਗੱਲ ਹੋਈ ਸੀ ਕਿ ਪੰਜਾਬ ਦਾ ਲੱਗਦਾ ਸੰਕਟ ਇੱਦਾਂ ਦਾ ਕਿ ਕਿਤੇ ਬਾਹਰੀ ਸੂਬਿਆਂ ਦੇ ਆ ਕੇ ਹੀ ਇੱਥੇ ਰਾਜ ਨਾ ਕਰ ਲੈਣ। ਮੈਨੂੰ ਲੱਗਦਾ ਕਿ ਜਿਵੇਂ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ, ਉਹਦੀ ਵਿਰਾਸਤ ਅਮੀਰ ਸੀ, ਅਮੀਰ ਰਹਿਣੀ ਆ, ਜਿਉਂਦੀ ਰਹਿਣੀ ਆ, ਔਰ ਪੰਜਾਬ ਦੀ ਧਰਤੀ 'ਤੇ ਜਿਹੜਾ ਵੀ ਕੋਈ ਬਾਹਰੋਂ ਆਉਂਦਾ, ਇਹਦੀ ਮਿੱਟੀ ਇੱਦਾਂ ਦੀ ਹੈ ਕਿ ਉਹਦੇ ਅੰਦਰ ਪੰਜਾਬੀਅਤ ਪੈਦਾ ਹੋ ਜਾਂਦੀ ਹੈ, ਉਹ ਪੰਜਾਬੀ ਬਣ ਜਾਂਦਾ। ਇਸ ਕਰਕੇ ਉਸ ਸੰਕਟ 'ਚ ਸਾਨੂੰ ਬਹੁਤ ਹੀ ਖੁੱਭਣ ਦੀ ਲੋੜ ਨਹੀਂ ਹੈ ਕਿ ਜਿਹੜਾ ਬਾਹਰੋਂ ਆਏਗਾ ਪਤਾ ਨਹੀਂ ਉਹਨੇ ਬਦਲ ਦੇਣਾ, ਉਹ ਨਹੀਂ ਬਦਲ ਸਕਦਾ। ਇੱਥੇ ਮਿੱਟੀ ਜਿਹੜੀ ਹੈ ਸੰਤਾਂ ਮਹਾਂਪੁਰਖਾਂ ਨੇ ਇਹੋ ਜਿਹੀ ਦਿੱਤੀ ਹੈ ਕਿ ਉਹ ਪੰਜਾਬੀ ਬਣ ਜਾਂਦਾ, ਉਹਦੇ ਅੰਦਰ ਪੰਜਾਬੀਅਤ ਆ ਜਾਂਦੀ। ਸੋ ਇਹ ਵਿਸ਼ਵ ਪੱਧਰ 'ਤੇ ਚੀਜ਼ਾਂ ਗਈਆਂ ਨੇ ਸਾਡੀਆਂ, ਇਹਨਾਂ ਜਿੱਦਾਂ ਦੇ ਸਮਾਗਮ ਕੀਤੇ ਜਾ ਰਹੇ ਨੇ, ਇਹਨਾਂ ਸਮਾਗਮਾਂ 'ਚੋਂ ਇਹ ਚੀਜ਼ਾਂ ਨਿਕਲੀਆਂ ਨੇ। ਸੋ ਮੈਂ ਵਧਾਈ ਦਿੰਦਾ ਕਿ ਇੰਨੇ ਵਧੀਆ ਖੂਬਸੂਰਤ ਢੰਗ ਦੇ ਨਾਲ ਜਿਹੜਾ ਇਹ ਸਮਾਗਮ ਕੀਤਾ, ਇਹ ਸਮਾਜ ਨੂੰ ਸੇਧ ਦੇਣ ਵਾਲਾ, ਸਾਡੀ ਪ੍ਰਾਪਤੀ ਹੈ ਕਿ ਅੱਜ ਅਸੀਂ ਆ ਕੇ ਇੱਥੇ ਬਹੁਤ ਕੁਝ ਚੰਗਾ ਮਹਿਸੂਸ ਕੀਤਾ। ਔਰ ਜਿਹੜੇ ਮੰਚ 'ਤੇ ਪੇਸ਼ ਕੀਤੇ, ਪੇਸ਼ਕਾਰੀ ਕੀਤੀ ਜਿਹਨਾਂ ਨੇ, ਜਿਵੇਂ ਲੜਕੀਆਂ ਮੰਚ ਤੋਂ ਕੋਰੀਓਗ੍ਰਾਫੀ ਪੇਸ਼ ਕੀਤੀ ਹੈ, ਉਹਨਾਂ ਨੇ ਸੱਭਿਆਚਾਰਕ ਸੀਗਾ ਜਾਂ ਸਾਹਿਤਕ ਸੰਗੀਤ ਦੇ ਵਿੱਚ ਕੋਈ ਰਚਨਾਵਾਂ ਪੇਸ਼ ਕੀਤੀਆਂ ਨੇ, ਔਰ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ, ਖਾਸ ਕਰਕੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਜਿਹੜੀਆਂ ਵਿਦਿਆਰਥਣ ਆਈਆਂ ਸੀਗੀਆਂ ਉਹਨਾਂ ਦੀ ਵੀ ਪੇਸ਼ਕਾਰੀ ਬਹੁਤ ਵਧੀਆ ਸੀ। ਮੈਂ ਦਿਲੋਂ ਉਹਨਾਂ ਦਾ ਰਿਕਾਰਡ ਵੀ ਕੀਤਾ ਔਰ ਮੈਨੂੰ ਚੰਗਾ ਲੱਗਾ ਕਿ ਇਹ ਇੰਨੇ ਨੇ ਵਧੀਆ ਬੱਚੇ ਜਿਹੜੇ ਆ ਸਮਾਜ ਦੇ ਵਿੱਚ ਚੰਗਾ ਯੋਗਦਾਨ ਪਾ ਰਹੇ ਨੇ, ਇਹ ਵੀ ਇਸ ਮੰਚ ਦੀ ਪ੍ਰਾਪਤੀ ਹੈ। ਸੋ ਮੁਬਾਰਕਾਂ ਦਿੰਦਾ ਹੋਇਆ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਇੱਥੇ ਤੁਹਾਨੂੰ ਦੇਖਣਾ, ਸੁਣਨ ਦਾ ਔਰ ਕੁਝ ਨਾ ਕੁਝ ਸਿੱਖਣ ਦਾ, ਕਿਉਂਕਿ ਹਰ ਬੰਦਾ ਜਿਹੜਾ ਨਾ ਔਕੜਾਂ ਦੇ ਨਾਲ ਵੀ ਭਰਿਆ ਹੁੰਦਾ, ਗੁਣ ਬੜੇ ਹੁੰਦੇ ਨੇ, ਔਕੜ ਵੀ ਨਾਲ ਹੀ ਹੁੰਦੇ ਨੇ, ਚੰਗੀ ਗੱਲ ਹੁੰਦੀ ਆ ਔਕੜਾਂ ਨੂੰ ਘਟਾ ਕੇ ਗੁਣ ਵਧਾਈਏ, ਗੁਣ ਵਧਾਉਣ ਦਾ ਮੌਕਾ ਦਿੱਤਾ, ਤੁਹਾਡਾ ਧੰਨਵਾਦ। ਮੇਰੇ ਦਿਲ ਦੀਆਂ ਗੁੱਝੀਆਂ ਗੱਲਾਂ ਕੋਈ ਕਿਤੇ ਵੇਲੇ ਬਹਿ ਕੇ ਬੋਲਾਂਗੀ, ਹੋਏ ਮੇਰੇ ਦਿਲ ਦੀਆਂ ਗੁੱਝੀਆਂ ਗੱਲਾਂ ਕਿਤੇ ਵੇਲੇ ਬੈਠ ਸੁਣਾਵਾਂਗੀ, ਉਹ ਕੋਲ ਬਿਠਾ ਕੇ ਤੈਨੂੰ ਸੱਜਣਾ।